ਮਿੱਤਰ, ਹੁਣ ਜਿਹੜੀ ਇੱਕ ਹੋਰ ਨਵੀਂ ਗੱਲ ਸਾਹਮਣੇ ਆਈ ਹੈ ਕਿ ਜਿਸ ਸ਼ਖਸ ਨੇ, ਯਾਨੀ ਕਿ ਜਿਹੜਾ ਸੁਖਬੀਰ ਸਿੰਘ ਸੀ, ਉਸਨੇ ਦਰਬਾਰਾ ਸਿੰਘ 'ਤੇ ਜਦੋਂ ਹਮਲਾ ਕੀਤਾ ਤਾਂ ਇੱਕ ਪ੍ਰੀ ਪਲੈਨਡ ਇਹ ਪੂਰਾ ਹਮਲਾ ਸੀ, ਕਿਉਂਕਿ ਕੁਝ ਦੇਰ ਪਹਿਲਾਂ ਜਿਹੜੇ ਮੈਨੇਜਰ ਨੇ ਦਰਬਾਰ ਸਾਹਿਬ ਦੇ, ਉਹਨਾਂ ਨੇ ਜਾਣਕਾਰੀ ਦਿੱਤੀ ਕਿ ਸੁਖਬੀਰ ਸਿੰਘ ਦੇ ਨਾਲ ਦੋ ਹੋਰ ਲੋਕ ਵੀ ਉੱਥੇ ਪਹੁੰਚੇ ਸਨ, ਕਿਉਂਕਿ ਜਿਹੜੇ ਮੁਲਾਜ਼ਮ ਨਹੀਂ ਸਨ, ਯਾਨੀ ਕਿ ਦੋ ਲੋਕ ਬਾਹਰੀ ਜਿਹੜੇ ਉੱਥੇ ਪਹੁੰਚਦੇ ਨੇ ਤਾਂ ਉਹ ਦਰਬਾਰਾ ਸਿੰਘ ਦੇ ਉੱਤੇ ਹਮਲਾ ਕਰ ਦਿੰਦੇ ਨੇ। ਤਾਂ ਇਸ ਵੇਲੇ ਅਸੀਂ ਸ਼੍ਰੀ ਗੁਰੂ ਰਾਮਦਾਸ ਹੋਸਪਿਟਲ ਦੇ ਵਿੱਚ ਹਾਂ, ਜਿੱਥੇ ਕਿ ਦਰਬਾਰਾ ਸਿੰਘ ਦੀ ਜਿਹੜੀ ਮ੍ਰਿਤਕ ਦੇਹ ਹੈ ਉਹ ਰੱਖੀ ਗਈ ਹੈ। ਪੁਲਿਸ ਦੇ ਜਿਹੜੇ ਅਧਿਕਾਰੀ ਨੇ ਉਹ ਮੌਕੇ 'ਤੇ ਪਹੁੰਚੇ ਹੋਏ ਨੇ, ਕਿਉਂਕਿ ਪੂਰੀ ਜਿਹੜੀ ਪੁਲਿਸ ਵੱਲੋਂ ਕਾਰਵਾਈ ਕਰਨ ਤੋਂ ਬਾਅਦ ਹੀ ਜਿਹੜੀ ਮ੍ਰਿਤਕ ਦੇਹ ਆ ਉਹ ਪਰਿਵਾਰ ਨੂੰ ਸੌਂਪੀ ਜਾਣੀ ਹੈ। ਤਾਂ ਪਰਿਵਾਰ ਦੇ ਕੁਝ ਮੈਂਬਰ ਵੀ ਇੱਥੇ ਮੌਜੂਦ ਨੇ, ਤਾਂ ਇੱਥੇ ਮੈਂ ਦਿਖਾ ਦਿਆਂ ਕਿ ਪੁਲਿਸ ਦੀ ਜਿਹੜੀ ਗੱਡੀ ਹੈ ਉਹ ਵੀ ਇੱਥੇ ਮੌਜੂਦ ਹੈ। ਕਿਹਾ ਜਾ ਰਿਹਾ ਕਿ ਜਿਹੜੇ ਇਲਾਕੇ ਦੇ SHO ਨੇ ਜਾਂ ਹੋਰ ਜਿਹੜੇ ਇਨਕੁਆਇਰੀ ਆਫਿਸਰ ਆ ਉਹ ਇੱਥੇ ਪਹੁੰਚੇ ਹੋਏ ਨੇ, ਪਰਿਵਾਰ ਦੇ ਬਿਆਨ ਜਿਹੜੇ ਆ ਉਹ ਦਰਜ ਕੀਤੇ ਜਾ ਰਹੇ। ਤਾਂ ਕੁਝ ਦੇਰ ਬਾਅਦ ਜਿਹੜੀ ਮ੍ਰਿਤਕ ਦੇਹ ਹੈ ਉਹ ਪੋਸਟਮਾਰਟਮ ਦੇ ਲਈ ਭੇਜੀ ਜਾ ਸਕਦੀ ਆ। ਤਾਂ ਇਹ ਵੀ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਜਿਸ ਮੁਲਾਜ਼ਮ ਦੇ ਉੱਤੇ ਇਹ ਇਲਜ਼ਾਮ ਲੱਗੇ ਕਿ ਉਸਨੇ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਮਿਲ ਕੇ ਇਹ ਪੂਰਾ ਜਿਹੜਾ ਹਮਲਾ ਉਹ ਕੀਤਾ, ਤਾਂ ਜਿਹੜੇ ਦੋ ਲੋਕ ਉਸਦੇ ਨਾਲ ਪਹੁੰਚੇ ਸੀ ਉਹ ਕੌਣ ਸੀ, ਉਹਨਾਂ ਦੀ ਵੀ ਹੁਣ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਤਾਂ CCTV ਫੁਟੇਜ ਜਿਹੜੀ ਹੈ ਉਹ SGPC ਵੱਲੋਂ ਜਿਹੜੀ ਕੱਢ ਕੇ ਉਹ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ, ਕਿਉਂਕਿ ਉਸ ਫੁਟੇਜ ਦੇ ਆਧਾਰ 'ਤੇ ਹੀ ਪੂਰੀ ਜਿਹੜੀ ਘਟਨਾਕ੍ਰਮ ਹੈ ਉਸਦੇ ਬਾਰੇ ਇੱਕ ਇੱਕ ਪਹਿਲੂ ਦੇ ਉੱਤੇ ਜਾਂਚ ਕੀਤੀ ਜਾ ਸਕਦੀ। ਤਾਂ ਇਸ ਵੇਲੇ ਤੁਸੀਂ ਦੇਖੋ ਕਿ ਬਹੁਤ ਸਾਰੇ ਮੀਡੀਆ ਦੇ ਨਾਲ ਜੁੜੇ ਜਿਹੜੇ ਸਾਥੀ ਨੇ ਉਹ ਇੱਥੇ ਪਹੁੰਚੇ ਹੋਏ ਨੇ, ਪੁਲਿਸ ਅਧਿਕਾਰੀ ਜਿਹੜੇ ਉਹ ਇਸ ਵੇਲੇ ਹੋਸਪਿਟਲ ਦੇ ਅੰਦਰ ਮੌਜੂਦ ਨੇ। ਤਾਂ SGPC ਦੇ ਕੁਝ ਅਧਿਕਾਰੀ ਜਿਹੜੇ ਆ ਉਹ ਵੀ ਇੱਥੇ ਕੁਝ ਦੇਰ ਪਹਿਲਾਂ ਮੌਜੂਦ ਸੀ, ਉਹਨਾਂ ਨੇ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ। ਤਾਂ ਹੁਣ ਕੁਝ ਦੇਰ ਬਾਅਦ ਦਰਬਾਰਾ ਸਿੰਘ ਦੀ ਜਿਹੜੀ ਮ੍ਰਿਤਕ ਦੇਹ ਹੈ ਔਰ ਜਾਣਕਾਰੀ ਦੇ ਮੁਤਾਬਕ ਅੰਮ੍ਰਿਤਸਰ ਦੇ ਖੈਰਾਬਾਦ ਪਿੰਡ ਦੇ ਰਹਿਣ ਵਾਲੇ ਨੇ ਦਰਬਾਰਾ ਸਿੰਘ, ਔਰ ਜਿਹੜਾ ਸੁਖਬੀਰ ਸਿੰਘ ਹੈ ਉਹ ਵੀ ਅੰਮ੍ਰਿਤਸਰ ਜ਼ਿਲ੍ਹੇ ਦੇ ਨਾਲ ਹੀ ਸੰਬੰਧਿਤ ਹੈ। ਤਾਂ ਜਿਸ ਤਰ੍ਹਾਂ ਕੁਝ ਦੇਰ ਪਹਿਲਾਂ ਜਿਹੜੀ ਜਾਣਕਾਰੀ ਆਈ ਸੀ ਕਿ ਇਹਨਾਂ ਦਾ ਕੋਈ ਪਰਿਵਾਰਕ ਵਿਵਾਦ ਸੀ, ਉਸ ਨੂੰ ਲੈ ਕੇ ਆਪਸ ਦੇ ਵਿੱਚ ਕਾਫੀ ਦੇਰ ਤੋਂ ਇਹਨਾਂ ਦਾ ਜਿਹੜਾ ਝਗੜਾ ਹੈ ਉਹ ਚੱਲ ਰਿਹਾ ਸੀ, ਪਰ ਅੱਜ ਅਚਾਨਕ ਦਫ਼ਤਰ ਦੇ ਵਿੱਚ ਪਹੁੰਚਦਾ ਹੈ ਸੁਖਬੀਰ ਸਿੰਘ ਔਰ ਦਰਬਾਰਾ ਸਿੰਘ ਦੇ ਉੱਤੇ ਜਾਨਲੇਵਾ ਹਮਲਾ ਜਿਹੜਾ ਉਹ ਕਰ ਦਿੱਤਾ ਜਾਂਦਾ। ਤਾਂ ਇੱਕ ਜਿਹੜੀ ਸਵਾਲ ਖੜਾ ਹੋ ਰਿਹਾ ਸੀ ਕਿ ਕਿਸ ਚੀਜ਼ ਦੇ ਨਾਲ ਇਹ ਵਾਰ ਕੀਤਾ ਗਿਆ, ਕਿਉਂਕਿ ਪਹਿਲਾਂ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਸ਼ਾਇਦ ਕਿਰਪਾਨ ਦੇ ਨਾਲ ਵਾਰ ਕੀਤੇ ਹੋਣ। ਤਾਂ ਹੁਣ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਗਾਤਰਾ ਜੋ ਕਿ 5 ਕਾਰਾਂ ਦਾ ਇੱਕ ਹਿੱਸਾ ਹੈ, ਤਾਂ ਉਹ ਕਿਉਂਕਿ ਹਰ ਇੱਕ ਗੁਰਸਿੱਖ ਜਿਹੜਾ ਮੁਲਾਜ਼ਮ ਹੈ, ਕਿਉਂਕਿ SGPC ਦੇ ਵਿੱਚ ਜਿੰਨੇ ਵੀ ਮੁਲਾਜ਼ਮ ਭਰਤੀ ਕੀਤੇ ਜਾਂਦੇ ਨੇ, ਤਾਂ ਸਭ ਤੋਂ ਪਹਿਲਾਂ ਇਹੀ ਉਹਨਾਂ ਦੀ ਸ਼ਰਤ ਹੁੰਦੀ ਹੈ ਕਿ ਨਿਤਨੇਮ ਕਰਨ ਵਾਲਾ ਮੁਲਾਜ਼ਮ ਹੋਵੇ ਔਰ ਗੁਰਸਿੱਖ ਹੋਵੇ, ਯਾਨੀ ਕਿ ਜਿਹੜਾ ਪ੍ਰੋਪਰ ਅੰਮ੍ਰਿਤਧਾਰੀ ਸਿੱਖ ਹੈ ਉਸ ਨੂੰ ਹੀ SGPC ਦੇ ਵਿੱਚ ਭਰਤੀ ਕੀਤਾ ਜਾਂਦਾ। ਤਾਂ ਜਦੋਂ ਇਹ ਝਗੜਾ ਹੁੰਦਾ ਹੈ ਉਸੇ ਦੌਰਾਨ ਆਪਣੇ ਗਾਤਰੇ ਦੇ ਨਾਲ ਸੁਖਬੀਰ ਸਿੰਘ ਵੱਲੋਂ ਦਰਬਾਰਾ ਸਿੰਘ ਦੇ ਉੱਤੇ ਵਾਰ ਕੀਤੇ ਜਾਂਦੇ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ। ਤਾਂ ਇਸੇ ਹੋਸਪਿਟਲ ਦੇ ਵਿੱਚ, ਕਿਉਂਕਿ ਦਰਬਾਰ ਸਾਹਿਬ ਦੇ ਸਭ ਤੋਂ ਨਜ਼ਦੀਕ ਇਹੀ ਹੋਸਪਿਟਲ ਹੈ ਔਰ SGPC ਦੇ ਪ੍ਰਬੰਧਾਂ ਦੇ ਅਧੀਨ ਇਹ ਹੋਸਪਿਟਲ ਚੱਲਦਾ, ਤਾਂ ਇਸ ਕਰਕੇ ਸਭ ਤੋਂ ਪਹਿਲਾਂ ਇੱਥੇ ਲਿਆਂਦਾ ਗਿਆ। ਪਰ ਇੱਥੇ ਆਉਣ ਤੋਂ ਬਾਅਦ ਡਾਕਟਰਾਂ ਨੇ ਇਹ ਜਾਣਕਾਰੀ ਦਿੱਤੀ ਕਿ ਦਰਬਾਰਾ ਸਿੰਘ ਦੀ ਮੌਤ ਹੋ ਚੁੱਕੀ ਹੈ। ਤਾਂ ਪਰਿਵਾਰ ਸਦਮੇ ਦੇ ਵਿੱਚ ਹੈ, ਪਰ ਹੈਰਾਨ ਕਰਨ ਵਾਲਾ ਪੂਰਾ ਮਾਮਲਾ ਕਿ SGPC ਦੇ ਦਫ਼ਤਰ ਦੇ ਵਿੱਚ ਆ ਕੇ ਇਸ ਤਰੀਕੇ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਔਰ ਕਤਲ ਕਰਨ ਵਾਲਾ ਕੋਈ ਹੋਰ ਨਹੀਂ, ਉਹ ਵੀ SGPC ਦਾ ਹੀ
ਮੁਲਾਜ਼ਮ ਹੈ ਤਾਂ ਆਪਣੇ ਆਪ ਦੇ ਵਿੱਚ ਇੱਕ ਬੜਾ ਹੈਰਾਨ ਕਰਨ ਵਾਲਾ ਇਹ ਮਾਮਲਾ ਬਣਿਆ ਹੋਇਆ। ਤਾਂ ਹੁਣ ਜਾਂਚ ਤੋਂ ਬਾਅਦ ਸਾਰੀਆਂ ਚੀਜ਼ਾਂ ਸਪਸ਼ਟ ਹੋਣਗੀਆਂ ਕਿ ਆਖਿਰਕਾਰ ਵਜ੍ਹਾ ਕੀ ਸੀ, ਕਿਉਂਕਿ ਹੁਣ ਤੱਕ ਦੀ ਜਿਹੜੀ ਗੱਲਬਾਤ ਹੈ ਉਸ ਤੋਂ ਤਾਂ ਇਹੀ ਸਪਸ਼ਟ ਹੋਇਆ ਕਿ ਜਿਹੜੀ ਸੁਖਬੀਰ ਸਿੰਘ ਦੀ ਬੇਟੀ ਹੈ ਜਾਂ ਦਰਬਾਰਾ ਸਿੰਘ ਦੀ ਬੇਟੀ ਹੈ ਤਾਂ ਉਸ ਨੂੰ ਲੈ ਕੇ ਕੋਈ ਵਿਵਾਦ ਇਹਨਾਂ ਦਾ ਪਰਿਵਾਰਕ ਤੌਰ 'ਤੇ ਕਾਫੀ ਦੇਰ ਤੋਂ ਚੱਲ ਰਿਹਾ ਸੀ, ਜੋ ਕਿ ਅੱਜ ਇੱਕ ਖੂਨੀ ਝੜਪ ਦੇ ਵਿੱਚ ਤਬਦੀਲ ਹੁੰਦਾ ਹੋਇਆ ਨਜ਼ਰ ਆਇਆ। ਔਰ ਇਸ ਖੂਨੀ ਝੜਪ ਤੋਂ ਬਾਅਦ ਇੱਕ ਮੁਲਾਜ਼ਮ ਦੀ ਜਿਹੜੀ ਹੈ ਉਹ ਮੌਤ ਹੋਈ ਹੈ। ਤਾਂ ਕੁਝ ਦੇਰ ਬਾਅਦ ਪੁਲਿਸ ਵੱਲੋਂ ਪੂਰੀ ਜਿਹੜੀ ਕਾਰਵਾਈ ਕਰਨ ਤੋਂ ਬਾਅਦ ਦਰਬਾਰਾ ਸਿੰਘ ਦੀ ਜਿਹੜੀ ਡੈੱਡ ਬੋਡੀ ਹੈ ਪੋਸਟਮਾਰਟਮ ਦੇ ਲਈ ਭੇਜੀ ਜਾ ਸਕਦੀ ਹੈ ਜੀ।